ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ। ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ, ਸ੍ਰੀਲੰਕਾ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਰਾਕੀ ਸੰਸਦ ਭਵਨ 'ਤੇ ਕੀਤਾ ਕਬਜ਼ਾ। PM ਮੁਸਤਫਾ ਨੇ ਕੀਤੀ ਸ਼ਾਂਤੀ ਦੀ ਅਪੀਲ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਭਾਰਤ ਅਤੇ ਗੁਆਂਢੀ ਮੁਲਕ ਸ੍ਰੀਲੰਕਾ ਦੇ ਵਿੱਚ ਕੁਝ ਦਿਨ ਪਹਿਲਾਂ ਆਰਥਿਕ ਸੰਕਟ ਦੇ ਕਾਰਨ ਪੈਦਾ ਹੋਈ ਸਿਆਸੀ ਅਸਥਿਰਤਾ ਕਾਰਨ ਸੜਕਾਂ ਉੱਤੇ ਉਤਰੇ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੁੰਦੇ ਵੇਖੇ ਗਏ ਸੀ। ਅਜਿਹਾ ਹੀ ਹੁਣ ਇਰਾਕ ਵਿੱਚ ਹੋ ਰਿਹਾ, ਜਿੱਥੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਤੋਂ ਪਰੇਸ਼ਾਨ ਲੋਕ ਸੰਸਦ ਭਵਨ ਦੇ ਵਿੱਚ ਦਾਖਲ ਹੁੰਦੇ ਦੇਖੇ ਗਏ ਨੇ। ਸਥਾਨਕ ਸਮਾਚਾਰ ਏਜੰਸੀਆਂ ਦੇ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਇਰਾਕ ਦੀ ਰਾਜਧਾਨੀ ਬਗਦਾਦ ਦੇ ਵਿੱਚ ਸੰਸਦ ਦੀ ਇਮਾਰਤ ਦੀ ਵਿੱਚ ਭੰਨ ਤੋੜ ਵੀ ਕੀਤੀ ਹੈ। ਖਬਰਾਂ ਮੁਤਾਬਕ ਬਗਦਾਦੀ ਦੇ ਲੱਖਾਂ ਨਾਗਰਿਕ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਾ ਵਿਰੋਧ ਕਰਦੇ ਹੋਏ ਸੰਸਦ ਦੇ ਵਿੱਚ ਦਾਖਲ ਹੋ ਗਏ, ਜਿੱਥੇ ਉਹਨਾਂ ਨੇ ਕਾਫ਼ੀ ਭੰਨ ਤੋੜ ਕੀਤੀ ਹੈ। ਅਗਲੀ ਖਬਰ ਹੈ, 70,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਅੱਜ ਮੁੜ ਮੰਥਨ, ਸਬ ਕਮੇਟੀ ਦੀ ਚੋਣ ਸਵੇਂ ਦੌਰ ਦੀ ਮੀਟਿੰਗ ਦੇ ਵਿੱਚ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ 70,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਅੱਜ ਫਿਰ ਮੰਥਨ ਹੋਵੇਗਾ। ਵਿੱਤ ਮੰਤਰੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਸਬ ਕਮੇਟੀ ਦੀ ਅੱਜ ਸਵੇਂ ਦੌਰ ਦੀ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਇਹਨਾਂ ਮੁਲਾਜ਼ਮਾਂ ਦੇ ਸੰਬੰਧ ਵਿੱਚ ਪ੍ਰਸਤਾਵ ਤਿਆਰ ਕੀਤਾ ਜਾਵੇਗਾ ਜੋ ਕਿ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਕੈਬਨਿਟ ਦੀ ਸਬ ਕਮੇਟੀ ਨੇ ਆਪਣੀ ਮੀਟਿੰਗ ਦੌਰਾਨ 6 ਵਿਭਾਗਾਂ ਵੱਲੋਂ ਆਪਣੇ ਕੱਚੇ ਮੁਲਾਜ਼ਮਾਂ ਦੀ ਸੂਚੀ ਅਤੇ ਸੰਬੰਧਿਤ ਕਰਮਚਾਰੀਆਂ ਦੀ ਸਥਿਤੀ ਬਾਰੇ ਤਿਆਰ ਕੀਤੀ ਹੈ। ਮੀਟਿੰਗ ਦੌਰਾਨ ਵਿਭਾਗ ਨੇ ਸਥਾਨਕ ਸਰਕਾਰਾਂ, ਉਚੇਰੀ ਸਿੱਖਿਆ ਵਿਭਾਗ ਅਤੇ ਸਿੱਖਿਆ ਵਿਭਾਗ ਅਤੇ ਮਾਲ ਵਿਭਾਗ ਤੋਂ ਪ੍ਰਾਪਤ ਅੰਕੜਿਆਂ 'ਤੇ ਚਰਚਾ ਕੀਤੀ ਜਾਵੇਗੀ। ਦੱਸ ਦਈਏ ਕਿ ਵਿੱਤ ਮੰਤਰੀ ਵੱਲੋਂ ਇੱਕ ਵਾਰ ਫਿਰ ਭਰੋਸਾ ਦਵਾਇਆ ਗਿਆ ਕਿ ਜਲਦੀ ਹੀ 70,000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਅਗਲੀ ਖਬਰ ਹੈ, ਅਰਪਿਤਾ ਮੁਖਰਜੀ ਦੇ ਇੱਕ ਹੋਰ ਟਿਕਾਣੇ ਤੋਂ ਮਿਲੇ 20 ਕਰੋੜ 3 ਕਿਲੋ ਸੋਨਾ ਵੀ ਜ਼ਬਤ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਪੱਛਮੀ ਬੰਗਾਲ ਦੇ ਵਿੱਚ ਸਕੂਲ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕੇਂਦਰੀ ਏਜੰਸੀ ED ਦੀ ਕਾਰਵਾਈ ਜਾਰੀ ਹੈ। ED ਨੇ ਅਧਿਕਾਰੀਆਂ ਨੇ ਕੋਲਕਾਤਾ ਦੇ ਵੇਲਘਰੀਆ ਦੇ ਵਿੱਚ ਮੰਤਰੀ ਪਾਰਥਾ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਫਲੈਟ 'ਤੇ ਛਾਪਾ ਮਾਰਿਆ। ਇਸ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ ਹੈ। ਨੋਟਾਂ ਦੀ ਗਿਣਤੀ ਕਰਨ ਦੇ ਲਈ 5 ਬੈਂਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਸੀ। ਤੁਹਾਨੂੰ ਦੱਸ ਦਈਏ ਕਿ ਇਹ ਜੋ ED ਨੇ ਛਾਪਾ ਮਾਰਿਆ, ਰਾਤ ਕਰੀਬ 10:30-11 ਵਜੇ ਦੇ ਮਾਰਿਆ ਅਤੇ 20 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੇ ਦੌਰਾਨ 3 ਕਿਲੋ ਸੋਨਾ, ਚਾਂਦੀ ਦੇ ਸਿੱਕੇ, ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਅਰਪਿਤਾ ਮੁਖਰਜੀ ਫਿਲਹਾਲ ED ਦੀ ਹਿਰਾਸਤ ਦੇ ਵਿੱਚ ਹੈ। ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਹਾਲ ਹੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ 22 ਜੁਲਾਈ ਨੂੰ ED ਨੇ ਅਰਪਿਤਾ ਮੁਖਰਜੀ ਦੇ ਟਿਕਾਣੇ ਤੋਂ 21 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਸੀ। ਬਾਅਦ ਦੇ ਵਿੱਚ ਲੰਬੀ ਪੁੱਛਗਿੱਛ ਤੋਂ ਬਾਅਦ ਪਾਰਥਾ ਚੈਟਰਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ ਦੇ 2 ਡਾਇਰੀਆਂ ਵੀ ਜ਼ਬਤ ਕੀਤੀਆਂ ਗਈਆਂ ਸੀ। ਸੂਤਰਾਂ ਦੇ ਮੁਤਾਬਕ ਇਹਨਾਂ ਵਿੱਚੋਂ 1 ਡਾਇਰੀ ਦੇ ਵਿੱਚ ਅਰਪਿਤਾ ਮੁਖਰਜੀ ਵੱਲੋਂ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਕੈਸ਼ ਦੀ ਜਾਣਕਾਰੀ ਸੀ। ED ਜਾਣਨਾ ਚਾਹੁੰਦੀ ਹੈ ਕਿ ਅਰਪਿਤਾ ਮੁਖਰਜੀ ਕੋਲ ਇਹ ਨਕਦੀ ਕਿੱਥੋਂ ਆਈ ਅਤੇ ਇਸ ਡਾਇਰੀ ਦੇ ਵਿੱਚ ਵੱਖ ਵੱਖ ਬੈਂਕਾਂ ਵਿੱਚ ਕਈ ਵਾਰ ਨਕਦੀ ਜਮ੍ਹਾਂ ਕਰਵਾਉਣ ਦੇ ਵੇਰਵੇ ਵੀ ਸ਼ਾਮਲ ਨੇ। ਇਹ ਨਕਦੀ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ। ਅਗਲੀ ਖਬਰ ਹੈ, ਬਰਮਿੰਗਮ ਦੇ ਵਿੱਚ ਅੱਜ ਹੋਵੇਗਾ ਕਾਮਨਵੈਲਥ ਗੇਮਸ 2022 ਦਾ ਆਗਾਜ਼। ਜਾਣੋ ਕਦੋਂ ਕਦੋਂ ਭਾਰਤ ਦੇ ਮੈਚ ਕਿੱਥੇ ਕਿੱਥੇ ਹੋਵੇਗਾ ਲਾਈਵ ਸਟ੍ਰੀਮ।
ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਰਾਸ਼ਟਰਮੰਡਲ ਖੇਡਾਂ 2022 ਯਾਨੀ ਕਿ ਕਾਮਨਵੈਲਥ ਦ ਗੇਮਜ਼ 2022 ਬਰਮਿੰਗਮ ਇੰਗਲੈਂਡ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ। ਭਾਰਤੀ ਖਿਡਾਰੀ ਪੂਰੀ ਤਿਆਰੀ ਦੇ ਨਾਲ ਇੰਗਲੈਂਡ ਪਹੁੰਚ ਚੁੱਕੇ ਨੇ। ਹਾਲਾਂਕਿ ਇਸ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਵੀ ਲੱਗਿਆ। ਭਾਰਤ ਦੇ ਲਈ ਸਭ ਤੋਂ ਵੱਡੀਆਂ ਉਮੀਦਾਂ ਦੇ ਵਿੱਚੋਂ ਇੱਕ ਨੀਰਜ ਚੋਪੜਾ ਦੇ ਸੱਟ ਦੇ ਕਾਰਨ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਏ ਨੇ। ਨੀਰਜ ਦੇ ਬਾਹਰ ਹੋਣ ਤੋਂ ਬਾਅਦ ਦੋ ਵਾਰ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦੇ ਨੂੰ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਲਈ ਭਾਰਤੀ ਦਲ ਦਾ ਝੰਡਾ ਬਰਦਾਰ ਨਿਯੁਕਤ ਕੀਤਾ ਗਿਆ। ਅਗਲੀ ਖਬਰ ਹੈ 21 ਦਿਨਾਂ ਦੇ ਲਈ ਆਈਸੋਲੇਸ਼ਨ, ਜ਼ਖਮਾਂ ਨੂੰ ਢੱਕਣ ਦੀ ਸਲਾਹ, ਮੰਕੀ ਪੌਕਸ ਦੇ ਲਈ ਸਰਕਾਰ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ। ਤਾਂ ਦੋਸਤੋ ਕੇਂਦਰ ਸਰਕਾਰ ਦੇ ਵੱਲੋਂ ਮੰਕੀ ਪੌਕਸ ਦੇ ਮਰੀਜ਼ਾਂ ਅਤੇ ਉਹਨਾਂ ਦੇ ਵਿੱਚ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਨੇ। ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਵਿੱਚ 21 ਦਿਨਾਂ ਦਾ ਆਈਸੋਲੇਸ਼ਨ, ਮਾਸਕ ਪਹਿਨਣਾ, ਹੱਥਾਂ ਨੂੰ ਸਾਫ਼ ਰੱਖਣਾ, ਜ਼ਖਮਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦਾ ਇੰਤਜ਼ਾਰ ਕਰਨਾ ਸ਼ਾਮਲ ਹੈ। ਦਿਸ਼ਾ ਨਿਰਦੇਸ਼ ਮਈ ਦੇ ਵਿੱਚ ਜਾਰੀ ਕੀਤੇ ਗਏ ਸਨ ਅਤੇ ਦਿੱਲੀ ਸਰਕਾਰ ਨੇ ਆਪਣੇ ਹਸਪਤਾਲਾਂ ਅਤੇ ਮਾਲੀਆ ਜ਼ਿਲ੍ਹਿਆਂ ਨੂੰ ਉਹਨਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਨੇ। ਅਗਲੀ ਖਬਰ ਹੈ ਕੇਂਦਰ ਸਰਕਾਰ ਨੇ ਮੰਕੀ ਪੌਕਸ ਵੈਕਸੀਨ ਬਣਾਉਣ ਦੇ ਲਈ ਕੱਢਿਆ ਟੈਂਡਰ। ਤਾਂ ਦੋਸਤੋ ਕੇਂਦਰ ਸਰਕਾਰ ਨੇ ਮੰਕੀ ਪੌਕਸ ਵੈਕਸੀਨ ਬਣਾਉਣ ਦੇ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਦੇਸ਼ ਵਿੱਚ ਹੁਣ ਤੱਕ ਮੰਕੀ ਪੌਕਸ ਦੇ 4 ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਦੇ ਵਿੱਚੋਂ 3 ਕੇਸ ਕੇਰਲਾ ਦੇ ਵਿੱਚ ਨੇ ਅਤੇ 1 ਮਾਮਲਾ ਦਿੱਲੀ ਦੇ ਵਿੱਚ ਪੁਸ਼ਟੀ ਕੀਤਾ ਗਿਆ ਹੈ। ਵੈਕਸੀਨ ਬਾਰੇ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ CEO ਆਧਾਰ ਪੂਨਾਵਾਲਾ ਨੇ ਕਿਹਾ ਕਿ ਉਹ ਵੈਕਸੀਨ ਦੀਆਂ ਕੁਝ ਖੇਪਾਂ ਨੂੰ ਦਰਾਮਦ ਕਰਨ ਦੇ ਲਈ ਡੈਨਸ ਕੰਪਨੀ ਬਵੇਰੀਅਨ ਦੇ ਨਾਲ ਗੱਲਬਾਤ ਕਰਨਗੇ। ਅਗਲੀ ਖਬਰ ਹੈ DGCA ਨੇ ਸਪਾਈ ਜੈੱਟ ਦੀਆਂ ਉਡਾਨਾਂ 'ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਦੇ ਲਈ ਸਿਰਫ ਇੰਨੀਆਂ ਉਡਾਨਾਂ ਦਾ ਦਿੱਤਾ ਆਦੇਸ਼। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਸਪਾਈ ਜੈੱਟ ਦੀਆਂ ਉਡਾਨਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਕਈ ਰੁਕਾਵਟਾਂ ਤੋਂ ਬਾਅਦ ਹਵਾਬਾਜ਼ੀ ਰੈਗੂਲੇਟਰ ਐਂਡ ਸਪਾਈ ਜੈੱਟ ਨੂੰ 8 ਹਫ਼ਤਿਆਂ ਲਈ ਆਪਣੀਆਂ 50% ਉਡਾਨਾਂ ਨੂੰ ਚਲਾਉਣ ਦਾ ਹੀ ਹੁਕਮ ਦਿੱਤੇ ਗਏ ਨੇ। ਅਗਲੀ ਖਬਰ ਹੈ ਪੰਜਾਬ ਦੇ ਸਣੇ ਦੇਸ਼ ਦੇ 7 ਬਿਜਲੀ ਨਿਗਮਾਂ 'ਤੇ ਪਵੇਗਾ ਰੇਲਵੇ ਰੈਂਕ ਦਾ ਵਿੱਤੀ ਬੋਝ। ਮੰਤਰਾਲੇ ਨੇ ਰਾਜਾਂ ਨੂੰ ਆਪੋ ਆਪਣੇ ਰੈਂਕ ਖਰੀਦਣ ਦੇ ਦਿੱਤੇ ਨਿਰਦੇਸ਼। ਤਾਂ ਦੋਸਤੋ ਪੰਜਾਬ ਦੇ ਸਮੇਤ ਦੇਸ਼ ਦੇ 7 ਬਿਜਲੀ ਨਿਗਮਾਂ 'ਤੇ ਹੁਣ ਰੇਲਵੇ ਰੈਂਕ ਦਾ ਵਿੱਤੀ ਬੋਝ ਪੈਣ ਜਾ ਰਿਹਾ ਹੈ। ਰੇਲਵੇ ਮੰਤਰਾਲੇ ਨੇ ਪੰਜਾਬ ਸਮੇਤ ਹੋਰ ਰਾਜਾਂ ਨੂੰ ਆਪੋ ਆਪਣੇ ਰੈਂਕ ਖਰੀਦਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਮੰਤਰਾਲੇ ਦੇ ਅਨੁਸਾਰ ਰੈਂਕ ਦੀ ਘਾਟ ਕਰਕੇ ਕੋਲੇ ਦੀ ਸਪਲਾਈ ਸੰਚਾਰੂ ਢੰਗ ਨਾਲ ਨਹੀਂ ਹੋ ਰਹੀ, ਜਿਸ ਕਰਕੇ ਬਿਜਲੀ ਨਿਗਮ ਨੂੰ ਬਿਜਲੀ ਉਤਪਾਦਨ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਆਪੋ ਆਪਣੇ ਰੈਂਕ ਖਰੀਦੇ ਜਾਣ ਅਤੇ ਇਹਨਾਂ ਰੈਂਕਾਂ ਰਾਹੀਂ ਰੇਲਵੇ ਸਿਰਫ ਅਤੇ ਸਿਰਫ ਸੰਬੰਧਿਤ ਸੂਬਿਆਂ ਨੂੰ ਕੋਲਾ ਸਪਲਾਈ ਕਰੇਗਾ। ਅਗਲੀ ਖਬਰ ਹੈ ਸਿੱਖਿਆ ਵਿਭਾਗ ਦੇ ਵੱਲੋਂ 31 ਸੈਂਟਰ ਹੈੱਡ ਟੀਚਰਾਂ ਨੂੰ ਦਿੱਤੀ ਤਰੱਕੀ। ਤਾਂ ਦੋਸਤੋ ਸਿੱਖਿਆ ਵਿਭਾਗ ਨੇ 31 ਸੈਂਟਰ ਹੈੱਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਵਜੋਂ ਤਰੱਕੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ 1 ਸਾਲ ਦਾ ਪਰਖ ਕਾਲ ਦਾ ਸਮਾਂ ਰੱਖਿਆ ਗਿਆ। ਨਵੇਂ ਬਣੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਆਪਣੀ ਹਾਜ਼ਰੀ ਰਿਪੋਰਟ ਦੇਣ ਦੇ ਲਈ 5 ਦਿਨ ਦਾ ਸਮਾਂ ਦਿੱਤਾ ਗਿਆ। ਅਗਲੀ ਖਬਰ ਹੈ ਔਰਤਾਂ ਦੇ ਲਈ ਖੁਸ਼ਖਬਰੀ, ਇਸ ਸਕੀਮ ਦੇ ਵਿੱਚ ਹਰ ਮਹੀਨੇ ਕਰੋਗੇ ਨਿਵੇਸ਼ ਤਾਂ ਮਿਲੇਗੀ 44,900 ਰੁਪਏ ਦੀ ਪੈਨਸ਼ਨ। ਤਾਂ ਦੋਸਤੋ ਕੇਂਦਰ ਸਰਕਾਰ ਨੇ ਆਤਮ ਨਿਰਭਰ ਵਿਅਹੁਤਾ ਔਰਤਾਂ ਦੇ ਲਈ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਸਰਕਾਰ ਦੀ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਸਵੈ ਨਿਰਭਰ ਔਰਤਾਂ ਨੂੰ ਇਸ ਯੋਜਨਾ ਦੇ ਵਿੱਚ ਲਗਭਗ 45,000 ਰੁਪਏ ਦਾ ਲਾਭ ਮਿਲੇਗਾ। ਅਜਿਹੀ ਸਥਿਤੀ ਦੇ ਵਿੱਚ ਔਰਤਾਂ ਹਰ ਮਹੀਨੇ ਇਸ ਪੈਨਸ਼ਨ ਦਾ ਲਾਭ ਲੈ ਸਕਦੀਆਂ ਨੇ। ਇਸ ਪੈਨਸ਼ਨ ਯੋਜਨਾ ਦੇ ਲਈ 60 ਸਾਲ ਤੋਂ ਬਾਅਦ ਇਸ ਸਕੀਮ ਦੇ ਲਈ ਇਹ ਔਰਤਾਂ ਅਪਲਾਈ ਕਰ ਸਕਦੀਆਂ ਨੇ ਅਤੇ ਉਹਨਾਂ ਨੂੰ ਸਾਲਾਨਾ 45,000 ਰੁਪਏ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਜਾਣਗੇ।
ਅਗਲੀ ਖਬਰ ਹੈ, ਗੈਂਗਸਟਰ ਜੱਗੂ ਭਗਵਾਨਪੁਰੀ ਨੂੰ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼, ਮੁੜ ਭੇਜਿਆ ਪੁਲਿਸ ਰਿਮਾਂਡ 'ਤੇ। ਤਾਂ ਦੋਸਤੋ, ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦਰਅਸਲ ਦੇ ਵਿੱਚ 29 ਜਨਵਰੀ 2022 ਨੂੰ ਭਾਰਤ ਪਾਕਿਸਤਾਨ ਸਰਹੱਦ 'ਤੇ ਤਾਇਨਾਤ VSF ਦੇ ਜਵਾਨਾਂ ਦੇ ਉੱਪਰ ਪਾਕਿਸਤਾਨ ਵੱਲੋਂ ਫਾਇਰਿੰਗ ਹੋਈ ਸੀ ਅਤੇ ਇੱਕ VSO ਜਵਾਨ ਜ਼ਖਮੀ ਵੀ ਹੋਇਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਸਮੇਂ 53 ਕਿਲੋ ਦੇ ਕਰੀਬ ਹੀਰੋਇਨ ਅਤੇ 2 ਪਿਸਤੌਲ ਬਰਾਮਦ ਕੀਤੇ ਸੀ। ਇਸ ਮਾਮਲੇ ਵਿੱਚ ਜੱਗੂ ਭਗਵਾਨਪੁਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਦਾਲਤ ਨੇ ਜੱਗੂ ਭਗਵਾਨਪੁਰੀ ਦਾ ਕਲਾਨੌਰ ਪੁਲਿਸ ਨੂੰ 6 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ। ਅਗਲੀ ਖਬਰ ਹੈ, ED ਦੀਆਂ ਤਾਕਤਾਂ 'ਤੇ ਸੁਪਰੀਮ ਕੋਰਟ ਦੀ ਮੋਹਰ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਸੁਪਰੀਮ ਕੋਰਟ ਨੇ ਅਹਿਮ ਫੈਸਲੇ ਦੇ ਵਿੱਚ ਸੰਘੀ ਜਾਂਚ ਏਜੰਸੀ ED ਨੂੰ ਕਾਲੇ ਧਨ ਨੂੰ ਸਫੈਦ ਕਰਨ ਅਤੇ ਰੋਕਣ ਦੇ ਲਈ ਬਣੇ ਐਕਟ ਤਹਿਤ ਗ੍ਰਿਫਤਾਰੀ, ਮਨੀ ਲੌਂਡਰਿੰਗ ਦੇ ਵਿੱਚ ਸ਼ਾਮਲ ਸੰਪੱਤੀ ਨੂੰ ਜ਼ਬਤ ਕਰਨਾ, ਤਲਾਸ਼ੀ ਅਤੇ ਕਬਜ਼ੇ ਵਿੱਚ ਲੈਣ ਲਈ ਮਿਲੀਆਂ ਤਾਕਤਾਂ ਨੂੰ ਬਹਾਲ ਕਰ ਦਿੱਤਾ ਹੈ। ਅਗਲੀ ਖਬਰ ਹੈ, ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਸੋਨੀਆ ਗਾਂਧੀ ਤੋਂ 3 ਘੰਟਿਆਂ ਤੱਕ ਹੋਈ ਪੁੱਛ ਪੜਤਾਲ। ਤਾਂ ਦੋਸਤੋ, ED ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ 3 ਘੰਟੇ ਪੁੱਛਗਿੱਛ ਕੀਤੀ ਹੈ। ਅਗਲੀ ਖਬਰ ਹੈ, ਸੀਨੀਅਰ ਸਿਟੀਜ਼ਨਾਂ ਨੂੰ ਰੇਲ ਕਿਰਾਏ ਦੇ ਵਿੱਚ ਮੁੜ ਮਿਲ ਸਕਦੀ ਹੈ ਛੋਟ। ਤਾਂ ਦੋਸਤੋ, ਆਲੋਚਨਾ ਤੋਂ ਬਾਅਦ ਰੇਲਵੇ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਕਿਰਾਏ ਦੇ ਵਿੱਚ ਮਿਲਦੀ ਛੋਟ ਮੁੜ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਸਿਰਫ ਜਰਨਲ ਅਤੇ ਸਲੀਪਰ ਵਰਗ ਦੇ ਵਿੱਚ ਹੋ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਵੀ ਹੋ ਸਕਦਾ ਕਿ ਉਮਰ ਸੀਮਾ ਦੇ ਵਿੱਚ ਬਦਲਾਅ ਕਰ ਦਿੱਤਾ ਜਾਵੇ ਜਾਂ ਫਿਰ ਰਿਆਇਤੀ ਕਿਰਾਏ ਦੀ ਸਹੂਲਤ 70 ਵਰ੍ਹਿਆਂ ਤੋਂ ਵੱਧ ਕਰ ਦਿੱਤੀ ਜਾਵੇ। ਪਹਿਲਾਂ ਇਹ ਰਿਆਇਤ ਸਿਰਫ 58 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਦੇ ਨੂੰ ਹੀ ਮਿਲਦੀ ਸੀ। ਸੂਤਰਾਂ ਨੇ ਦੱਸਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਰਿਆਇਤਾਂ ਦਾ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਹੁੰਦਾ ਸੀ ਅਤੇ ਉਹਨਾਂ ਨੂੰ ਕਦੇ ਇਹ ਨਹੀਂ ਕਿਹਾ ਗਿਆ ਕਿ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਅਗਲੀ ਖਬਰ ਹੈ, ਦੇਸ਼ ਵਿੱਚ ਕੋਰੋਨਾ ਦੇ 18,313 ਨਵੇਂ ਮਾਮਲੇ ਅਤੇ 57 ਜਣਿਆਂ ਦੀ ਮੌਤ। ਤਾਂ ਦੋਸਤੋ, ਭਾਰਤ ਵਿੱਚ ਇੱਕ ਦਿਨ ਦੇ ਅੰਦਰ ਕੋਰੋਨਾ ਦੇ 18,313 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ਵੱਧ ਕੇ 4,39,38,764 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 57 ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 57 ਹੋ ਗਈ ਹੈ, ਜਿਸ ਤੋਂ ਬਾਅਦ ਟੋਟਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 5,26,110 ਹੋ ਗਈ ਹੈ। ਅਗਲੀ ਖਬਰ ਹੈ, CBI ਨੇ ਰੇਲਵੇ ਭਰਤੀ ਘਾਪਲੇ ਦੇ ਵਿੱਚ ਲਾਲੂ ਯਾਦਵ ਨੂੰ ਦੇ ਸਾਬਕਾ OSD ਕੀਤਾ ਗ੍ਰਿਫਤਾਰ। ਤਾਂ ਦੋਸਤੋ, ਕੇਂਦਰੀ ਜਾਂਚ ਬਿਊਰੋ ਨੇ ਰੇਲਵੇ ਭਰਤੀ ਘਾਪਲੇ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਦੇ ਸਾਬਕਾ OSD ਭੋਲਾ ਯਾਦਵ ਨੂੰ ਗ੍ਰਿਫਤਾਰ ਕਰ ਲਿਆ। ਅਗਲੀ ਖਬਰ ਹੈ, ਮੁੱਖ ਮੰਤਰੀ ਭਗਵੰਤ ਮਾਨ ਅੱਜ ਲੰਬੀ ਹਲਕੇ ਵਿੱਚ ਫਸਲਾਂ ਦੇ ਖਰਾਬੇ ਦਾ ਲੈਣਗੇ ਜਾਇਜ਼ਾ। ਤਾਂ ਦੋਸਤੋ, ਮੁੱਖ ਮੰਤਰੀ ਭਗਵੰਤ ਮਾਨ ਅੱਜ ਹਲਕਾ ਲੰਬੀ ਦੇ ਸਰਾਵਾਂ ਜੇਲ੍ਹ ਦੇ ਵਿੱਚ ਮੀਂਹ ਦੇ ਪਾਣੀ ਨਾਲ ਡੁੱਬੀਆਂ 1,000 ਏਕੜ ਫਸਲਾਂ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਭਗਵੰਤ ਮਾਨ ਪਿੰਡ ਮਿੱਠਾ, ਪੰਨੀਵਾਲਾ ਅਤੇ ਰਨੀਵਾਲਾ ਦਾ ਦੌਰਾ ਕਰਨਗੇ। ਮੁੱਖ ਮੰਤਰੀ ਬਣਨ ਤੋਂ ਮਗਰੋਂ ਭਗਵੰਤ ਮਾਨ ਦੀ ਬਾਦਲਾਂ ਦੇ ਗੜ੍ਹ ਹਲਕੇ ਲੰਬੀ ਦੇ ਵਿੱਚ ਪਹਿਲੀ ਫੇਰੀ ਤੋਂ ਇਲਾਕੇ ਦੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਨੇ। ਅਗਲੀ ਖਬਰ ਹੈ, PGI ਨੇ ਮੰਕੀ ਪੌਕਸ ਕੇਸਾਂ ਦੇ ਇਲਾਜ ਵਿੱਚ ਕਮਰ ਕਸੀ। ਤਾਂ ਦੋਸਤੋ, ਦੁਨੀਆ ਭਰ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਵਾਇਰਸ ਮੰਕੀ ਪੌਕਸ ਬਿਮਾਰੀ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸੇ ਦੌਰਾਨ PGI ਚੰਡੀਗੜ੍ਹ ਨੇ ਇਸ ਬਿਮਾਰੀ ਦੇ ਪ੍ਰਬੰਧਨ ਲਈ ਤਿਆਰੀ ਕਰ ਲਈ ਹੈ। ਉੱਤਰ ਭਾਰਤ ਦੀ ਇਸ ਪ੍ਰੀਮੀਅਰ ਇਹ ਸੰਸਥਾ ਨੇ ਮੈਨੇਜਮੈਂਟ ਦੇ PGI ਸਥਿਤ ਨਹਿਰੂ ਹਸਪਤਾਲ ਦੇ ਕਮਿਊਨਿਸਿਬਲ ਡਿਸੀਜ਼ ਵਾਰਡ ਦੇ ਵਿੱਚ ਕੁਝ ਬੈੱਡਾਂ ਅਤੇ ਨਹਿਰੂ ਹਸਪਤਾਲ ਦੇ ਐਕਸਟੈਂਸ਼ਨ ਦੇ ਵਿੱਚ ICU ਬੈੱਡਾਂ ਦਾ ਪ੍ਰਬੰਧ ਵੀ ਕਰ ਲਿਆ। ਅਗਲੀ ਖਬਰ ਹੈ, ਔਰਤਾਂ ਲਈ ਹੈਲਮਟ ਪਹਿਨਣਾ ਕੀਤਾ ਲਾਜ਼ਮੀ।
ਤਾਂ ਦੋਸਤੋ ਚੰਡੀਗੜ੍ਹ ਦੇ ਵਿੱਚ ਦੋ ਪਹੀਆ ਵਾਹਨ ਚਲਾਉਣ ਜਾਂ ਫਿਰ ਅਜਿਹੇ ਵਾਹਨਾਂ ਦੀ ਸਵਾਰੀ ਕਰਨ ਵੇਲੇ ਔਰਤਾਂ ਲਈ ਹੈਲਮਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ। ਇਸੇ ਪ੍ਰਸਾਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਕੌਂਸਲ ਦੇ ਸ਼ਹਿਰ ਵਿਚਲੀ ਭੀੜ ਵਾਲੀਆਂ ਸੜਕਾਂ 'ਤੇ ਵਾਹਨ ਰੋਕਣ ਜਾਂ ਖੜਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਗਲੀ ਖਬਰ ਹੈ BSNL ਦੀ ਸੁਰਜੀਤੀ ਦੇ ਲਈ 1.64 ਲੱਖ ਕਰੋੜ ਰੁਪਏ ਦਾ ਪੈਕੇਜ ਮਨਜ਼ੂਰ। ਤਾਂ ਦੋਸਤੋ ਕੇਂਦਰ ਸਰਕਾਰ ਨੇ ਸਰਕਾਰ ਦੀ ਮਾਲਕੀ ਵਾਲੀ ਟੈਲੀਕਾਮ ਕੰਪਨੀ BSNL ਨੂੰ ਮੁੜ ਸੁਰਜੀਤ ਕਰਨ ਦੇ ਲਈ 1.64 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ BSNL ਨੂੰ 4G ਸੇਵਾਵਾਂ ਦੇਣ ਦੇ ਲਈ ਸਪੈਕਟਰਮ ਦੇਵੇਗੀ। ਉਹਨਾਂ ਨੇ ਕਿਹਾ ਕਿ BSNL ਦੇ ਬਕਾਏ ਨੂੰ ਕਿਊਟੀ ਦੇ ਵਿੱਚ ਬਦਲਿਆ ਜਾਵੇਗਾ ਅਤੇ ਨਾਲ ਹੀ ਕੰਪਨੀ ਇੰਨਾ ਹੀ ਰਾਸ਼ੀ ਬੈਂਕ ਕਰਜ਼ੇ ਦੀ ਅਦਾਇਗੀ ਲਈ ਬੌਂਡ ਜਾਰੀ ਕਰੇਗੀ। ਇਹ ਉਹਨਾਂ ਨੇ ਕਿਹਾ ਕਿ ਪੈਕੇਜ ਵਿੱਚ 43,964 ਕਰੋੜ ਰੁਪਏ ਦਾ ਨਕਦ ਹਿੱਸਾ ਸ਼ਾਮਲ ਹੈ। ਅਗਲੀ ਖਬਰ ਹੈ ਖੇਤੀਬਾੜੀ ਵਿਭਾਗ ਦਾ ਸਾਰਾ ਕੰਮਕਾਜ ਪੰਜਾਬੀ ਦੇ ਵਿੱਚ ਯਕੀਨੀ ਬਣਾਇਆ ਜਾਵੇ, ਕੁਲਦੀਪ ਧਾਲੀਵਾਲ। ਤਾਂ ਦੋਸਤੋ ਖੇਤੀਬਾੜੀ ਵਿਭਾਗ ਦਾ ਪੂਰਨ ਨਵੀਨੀਕਰਨ ਅਤੇ ਸਮੇਂ ਦਾ ਹਾਲੀ ਬਣਾਉਣ ਸੰਬੰਧੀ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਇਸ ਸੰਬੰਧ ਦੇ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ। ਸਰਕਾਰ ਦੀ ਹਰ ਕਿਸਾਨ ਭਲਾਈ ਸਕੀਮ ਦਾ ਹੇਠਲਾ ਪੱਧਰ ਕਿਸਾਨਾਂ ਨੂੰ ਲਾਭ ਦਾ ਯਕੀਨੀ ਬਣਾਇਆ ਜਾਵੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਜਿਸ ਦੇ ਵਿੱਚ 70% ਦੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਉਹਨਾਂ ਨੇ ਕਿਹਾ ਇਸ ਨਾਲ ਹੀ ਕਿ ਸੂਬੇ ਦੇ ਲੋਕਾਂ ਨੂੰ ਮੁੱਖ ਬੋਲੀ ਅਤੇ ਭਾਸ਼ਾ ਪੰਜਾਬੀ ਹੈ, ਜਿਸ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਦਾ ਸਾਰਾ ਕੰਮਕਾਜ ਪੰਜਾਬੀ ਵਿੱਚ ਹੀ ਯਕੀਨੀ ਬਣਾਇਆ ਜਾਵੇ। ਅਗਲੀ ਖਬਰ ਹੈ ਸਤਿੰਦਰ ਜੈਨ ਦੇ ਵਿਰੁੱਧ ED ਨੇ ਦਾਖਲ ਕੀਤਾ ਦੋਸ਼ ਪੱਤਰ। ਚਾਰਜਸ਼ੀਟ ਦੇ ਵਿੱਚ 6 ਮੁਲਜ਼ਮਾਂ ਅਤੇ 4 ਕੰਪਨੀਆਂ ਦੇ ਨਾਮ ਸ਼ਾਮਲ। ਤਾਂ ਦੋਸਤੋ ਮਨੀ ਲੌਂਡਰਿੰਗ ਦੇ ਮਾਮਲੇ ਵਿੱਚ ED ਦੀ ਜਾਂਚ ਦੇ ਵਿੱਚ ਸਾਹਮਣਾ ਕਰ ਰਹੇ ਦਿੱਲੀ ਸਰਕਾਰ ਦੇ ਵਿੱਤ ਮੰਤਰੀ ਸਤਿੰਦਰ ਜੈਨ ਖਿਲਾਫ਼ ਕੇਂਦਰੀ ਜਾਂਚ ਏਜੰਸੀ ED ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ED ਨੇ ਉਸ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰੋਜ਼ ਅਵੈਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਹਾਊਸ ਅਵੈਨਿਊ ਕੋਰਟ ਚਾਰਜਸ਼ੀਟ 'ਤੇ ਨੋਟਿਸ ਲੈਣ ਦੇ ਲਈ ਕੁਝ ਸਮੇਂ ਬਾਅਦ ਸੁਣਵਾਈ ਕਰੇਗੀ। ਸੂਤਰਾਂ ਮੁਤਾਬਕ ਦਾਇਰ ਚਾਰਜਸ਼ੀਟ 'ਤੇ ਸਤਿੰਦਰ ਜੈਨ ਸਮੇਤ 6 ਦੋਸ਼ੀਆਂ ਦੇ 4 ਕੰਪਨੀਆਂ ਦੇ ਨਾਮ ਵੀ ਦਰਜ ਕੀਤੇ ਗਏ ਨੇ। ਪਹਿਲਾ ਨਾਮ ਹੈ ਸਤਿੰਦਰ ਜੈਨ, ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ। ਪੂਨਮ ਜੈਨ ਉਹਨਾਂ ਦੀ ਪਤਨੀ ਹੈ। ਵੈਭਵ ਜੈਨ ਪ੍ਰਵੀਨ ਜੈਨ ਦਾ ਰਿਸ਼ਤੇਦਾਰ ਹੈ। ਅੰਕੁਸ਼ ਜੈਨ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੁਨੀਲ ਕੁਮਾਰ ਜੈਨ ਅੰਕੁਸ਼ ਜੈਨ ਦਾ ਪਿਤਾ। ਅਜੀਤ ਕੁਮਾਰ ਜੈਨ ਵੈਭਵ ਜੈਨ ਦਾ ਪਿਤਾ। ਅੰਕਿੰਚਨ ਡਿਵੈਲਪਰ ਪ੍ਰਾਈਵੇਟ ਕੰਪਨੀ ਦਾ ਨਾਮ ਆਇਆ। ਇੱਕ ਪ੍ਰਿਆਸ ਇਨਫੋਟੈਕ ਪ੍ਰਾਈਵੇਟ ਲਿਮਿਟਡ ਕੰਪਨੀ ਦਾ ਨਾਮ ਆਇਆ। ਇੱਕ JJ ਆਦਰਸ ਕੰਪਨੀ ਦਾ ਨਾਮ ਆਇਆ। ਅਗਲੀ ਖਬਰ ਹੈ ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ਦੇ ਵਿੱਚ ਨਹੀਂ ਚੱਲ ਸਕਣਗੇ ਪੁਰਾਣੇ ਵਾਹਨ। 70 ਲੱਖ ਵਾਹਨ ਹੋਣਗੇ ਬੰਦ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੱਛਮੀ ਬੰਗਾਲ ਦੇ ਵਿੱਚ 15 ਸਾਲ ਤੋਂ ਪੁਰਾਣੇ ਸਾਰੇ ਵਾਹਨਾਂ ਨੂੰ ਹਟਾਉਣ ਦਾ ਹੁਕਮ ਦੇ ਦਿੱਤਾ। NGT ਦੇ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਅਗਲੇ 6 ਮਹੀਨਿਆਂ ਵਿੱਚ ਇਹਨਾਂ ਵਾਹਨਾਂ ਨੂੰ ਪੜਾਵਾਰ ਬੰਦ ਕਰਨ ਦੀ ਲੋੜ ਹੈ। ਇਹ ਹੁਕਮ ਸੂਬੇ ਭਰ ਦੇ ਵਾਹਨਾਂ 'ਤੇ ਲਾਗੂ ਹੋਵੇਗਾ। ਜਿਨ੍ਹਾਂ ਵਾਹਨਾਂ ਨੂੰ ਪੜਾਵਾਰ ਬੰਦ ਕੀਤਾ ਜਾਣਾ ਉਹਨਾਂ ਵਿੱਚੋਂ ਜ਼ਿਆਦਾਤਰ VS4 ਇੰਜਨ ਵਾਲੇ ਵਾਹਨ ਹੋਣਗੇ। ਅਗਲੀ ਖਬਰ ਹੈ ਸਿੱਪੀ ਸਿੱਧੂ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਸੁਣਵਾਈ। ਤਾਂ ਦੋਸਤੋ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਕਲਿਆਣੀ ਸਿੰਘ ਵਜੋਂ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਸਾਰੀਆਂ ਧਿਰਾਂ ਇੱਕ ਐਫੀਡੈਵਿਟ ਦਾਖਲ ਕਰਨ ਕਿ ਉਹਨਾਂ ਨੂੰ ਇਸ ਅਦਾਲਤ ਵਿੱਚ ਸੁਣਵਾਈ ਤੋਂ ਕੋਈ ਦਿੱਕਤ ਨਹੀਂ ਹੈ। ਜੇਕਰ ਕਿਸੇ ਵੀ ਧਿਰ
ਧਿਰ ਨੂੰ ਕੋਈ ਇਤਰਾਜ਼ ਹੈ ਤਾਂ ਉਹ ਇਸ ਬਾਰੇ ਦੱਸ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਅਗਲੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ। ਕਰੀਬ 7 ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਗਲੀ ਖਬਰ ਹੈ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਰੁਝੇਵੇਂ ਅਤੇ ਪਬਲਿਕ ਮਿਲਣੀਆਂ ਕੀਤੀਆਂ ਬੰਦ। ਤਾਂ ਦੋਸਤੋ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਕੋਰੋਨਾ ਪੋਜ਼ੀਟਿਵ ਪਾਏ ਜਾਣ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਪੀਲ ਕੀਤੀ ਹੈ, ਜਿਸ ਦੀ ਬੇਨਤੀ ਕਰਦਿਆਂ ਉਹਨਾਂ ਨੇ ਕਿਹਾ ਕਿ ਮੇਰੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਨਾ ਮਿਲਣ ਦੀ ਅਪੀਲ ਹੈ। ਉਹਨਾਂ ਨੇ ਕਿਹਾ ਕਿ ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇੱਕ ਪੋਸਟ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰਨ ਦੀ ਗੱਲ ਕਹੀ ਹੈ। ਅਤੇ ਦੋਸਤੋ, ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਅਤੇ ਮੁੱਖ ਵੱਡੀਆਂ ਖਬਰਾਂ। ਜੇ ਤੁਹਾਨੂੰ ਸਾਡਾ ਇਹ ਵੀਡੀਓ ਅਤੇ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬਣੀ ਘੰਟੀ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਧੰਨਵਾਦ।